ਹਲਕਾ ਸ਼ਾਮ 84 ਪਿੰਡ ਤਲਵੰਡੀ ਕਾਨੂਗੋ ਵਿੱਚ ਗੁਜਰਾਂ ਦੇ ਇੱਕ ਡੇਰੇ 'ਚ 15 ਪਸ਼ੂਆਂ ਦੀ ਅਚਾਨਕ ਮੌਤ ਹੋ ਗਈ ਹੈ ਅਤੇ 4 ਗੰਭੀਰ ਰੂਪ ਨਾਲ ਘਾਇਲ ਨੇ। ਇਸ ਨੂੰ ਲੈ ਕੇ ਗੁਜਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਉਹ ਇਸ ਲਈ ਕਿ ਕੋਈ ਗੰਭੀਰ ਬਿਮਾਰੀ ਨਾ ਫੈਲ ਜਾਵੇ ਜਿਸ ਕਾਰਨ ਉਹਨਾਂ ਦਾ ਕਾਰੋਬਾਰ ਖਤਮ ਹੋ ਜਾਵੇਗਾ। ਡੇਰੇ ਦੇ ਮੁਖੀ ਨੇ ਕਿਹਾ ਕਿ ਉਹ ਬੜੀ ਮੁਸ਼ਕਲ ਦੀ ਘੜੀ 'ਚੋਂ ਗੁਜ਼ਰ ਰਹੇ ਨੇ ਅਤੇ ਮਰੇ ਹੋਏ ਪਸ਼ੂਆਂ ਨੂੰ ਵੀ ਉਹਨਾਂ ਨੇ ਡੇਰੇ ਦੇ ਨਾਲ ਲੱਗਦੀ ਜ਼ਮੀਨ 'ਚ ਹੀ ਦਫਨਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦਾ 3 ਤੋਂ 4 ਲੱਖ ਦਾ ਨੁਕਸਾਨ ਹੋ ਚੁੱਕਿਆ ਹੈ। ਪਿੰਡ ਵਾਸੀਆਂ ਨੇ ਉਹਨਾਂ ਨੂੰ ਪੂਰੀ ਮਦਦ ਕਰਨ ਦਾ ਭਰੋਸਾ ਦਵਾਇਆ ਹੈ। ਬਾਬਾ ਅਜੈਬ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਤੋਂ ਇਹਨਾਂ ਦੀ ਮਦਦ ਕਰਨ ਦੀ ਗੁਹਾਰ ਲਾਈ ਹੈ। ਮਰ ਗਏ 15। ਹਾਂਜੀ 15 ਟੋਟਲ ਬਸ ਹੁੰਦੇ ਤੇ ਵੱਡੇ ਵੀ ਇਹਦੇ ਵਿੱਚ ਸੀ ਜਾਂ ਸਾਰੇ ਕਿੱਦਾਂ? ਮਤਲਬ ਨਹੀਂ, ਬੜੀਆਂ 10 ਕੁ ਮੱਝਾਂ ਸੀ, ਬਾਕੀ ਬਾਕੀ ਚੋ 3 ਸਾਲਾਂ ਦੀ ਕੱਟੀਆਂ, ਕੋ 2 ਸਾਲਾਂ ਦੀ। ਕਿੰਨਾ ਨੁਕਸਾਨ ਹੋਇਆ ਤੁਹਾਡਾ? 1 ਲੱਖ। ਕਿੰਨਾ ਕੁ ਨੁਕਸਾਨ ਹੋ ਗਿਆ? 3 ਲੱਖ। 3 ਕੁ ਲੱਖ ਦਾ ਹੋ ਗਿਆ। 3 ਕੁ ਲੱਖ ਦਾ ਇਹ ਕੀ ਹੁੰਦੇ? ਇੱਕ ਬਸ ਕੰਮਣ ਲੱਗ ਪੈਂਦੇ ਖੜੇ ਹੋਏ ਅਤੇ ਕੰਬਣੀ ਮੁੜ ਕੇ ਨਹੀਂ ਉੱਠ ਸਕਦੇ, ਬਾਬੂ ਫਿਰ ਮਾਰੀ ਜਾਂਦੇ ਆ। ਹੋਇਆ ਇੱਦਾਂ ਚਾਰ ਕੁ ਦਿਨ ਹੋ ਗਏ। ਜ਼ਿਆਦਾ ਜ਼ੋਰ ਹੋਇਆ, ਪਹਿਲੇ ਤਾਂ ਹੌਲੀ ਹੌਲੀ ਮਰਦੀਆਂ ਦੇ ਵਿੱਚ ਸਾਹਿਬ ਨੇ ਜਿਹੜੇ ਇੱਥੇ ਦੇ ਉਹਨਾਂ ਨੇ ਵੀ ਸਾਡੀ ਮਦਦ ਅਤੇ ਨਾਲ ਖੜੇ ਆ ਸਾਡੇ, ਅਤੇ ਬਾਕੀ ਆ ਕਿ ਸਰਕਾਰ ਵੱਲੋਂ ਸਾਡੇ ਸਰਪੰਚ ਸਾਹਿਬ ਔਰ ਸਾਡੇ ਪਿੰਡ ਵਾਸੀ ਸਰਦਾਰ ਜੱਸਾ ਸਿੰਘ ਜੀ, ਹਾਂਜੀ, ਅਤੇ ਇਹਦੀ ਗਰੀਬ ਦੀ ਸਹਾਇਤਾ ਕਰਨ ਜਿੰਨੀ ਮਦਦ ਹੋ ਸਕੇ। ਹਾਂ, ਮੈਂ ਬਾਬਾ ਜੈ ਸਿੰਘ ਜੀ ਪੱਠੇ ਬੋਲਦਾ ਕਿ ਬੜਾ ਦੁੱਖ ਹੋਇਆ ਕਿ ਇੱਕ ਗਰੀਬ ਪਰਿਵਾਰ ਮੱਖਣ ਦੀਨ ਜੀ, ਉਹਨਾਂ ਦਾ ਕੋਈ 10 ਕੁ ਪਸ਼ੂ ਬੜੇ ਮਰ ਗਏ ਅਤੇ 5 ਛੋਟੇ, ਜੋ 3.5-4 ਲੱਖ ਰੁਪਏ ਦਾ ਨੁਕਸਾਨ ਹੋਇਆ। ਮੈਂ ਇੱਕ ਕਾਂਗਰਸ ਪਾਰਟੀ ਵੱਲੋਂ ਸਰਕਾਰ ਨੂੰ ਅਪੀਲ ਕਰਦਾ ਕਿ ਸਾਡੇ ਇੱਥੋਂ ਦੇ ਵਿਧਾਇਕ ਪਵਨ ਆਦੀਆ ਜੀ, ਹੋਰ ਸਾਰੇ ਜ਼ਿੰਮੇਵਾਰ ਬੰਦੇ ਹੈ, ਇਹਨਾਂ ਦਾ ਜੋ ਗਰੀਬ ਬੰਦਾ ਹੈ ਮੱਖਣ ਦੀਨ, ਇਹਦੀ ਮਦਦ ਕੀਤੀ ਜਾਵੇ। ਅਤੇ ਸਾਡੇ ਸਰਪੰਚ ਸਾਹਿਬ ਹਰਦਿਆਲ ਜੀ, ਉਹ ਵੀ ਮੇਰੇ ਨਾਲ ਮੌਜੂਦ ਆ, ਅਤੇ ਇਲਾਕੇ ਦੇ ਮੋਹਤਵਾਰ ਕਾਂਗਰਸੀ ਮੈਂਬਰ ਸਾਡੇ ਇੱਥੇ ਆਏ ਆ। ਹੁਣ ਗੋਡੇ ਬਦਲਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ, ਫੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ, ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ।